ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬ ਦੀਆਂ 10 ਮੁੱਖ ਖਬਰਾਂ ਹਨ। ਪੰਜਾਬ ਦੀ ਸੱਤਾਰੂੜ ਪਾਰਟੀ ਕਾਂਗਰਸ ਨੇ ਨਿਕਾਇ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਮਿਊਨਿਸਪਲ ਕਮੇਟੀ ਅਤੇ ਨਗਰ ਪੰਚਾਇਤ ਦੀ 414 ਵਿੱਚੋਂ 270 ਸੀਟਾਂ ਜਿੱਤ ਲਿੱਤੀਆਂ ਹਨ। ਇਸ ਦੇ ਇਲਾਵਾ ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਦੇ 3 ਹੋਰ ਮਿਊਨਿਸਪਲ ਕਾਰਪੋਰੇਸ਼ਨਸ ਵੀ ਜਿੱਤ ਲਿੱਤੀ। ਪਟਿਆਲਾ ਵਿੱਚ ਉਹਨਾਂ ਨੇ ਸਾਰੇ ਵਾਰਡਸ ਜਿੱਤ ਲਿੱਤੇ ਹਨ। PPCC ਨੇ ਆਪਣੇ 9 ਨੇਤਾਵਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਲਈ ਨਿਸ਼ਕਾਸਿਤ ਕਰ ਦਿੱਤਾ ਹੈ। ਇਸ ਵਿੱਚ ਉਹ 6 ਲੋਕ ਵੀ ਹਨ ਜੋ ਮਿਊਨਿਸਪਲ ਕਾਰਪੋਰੇਸ਼ਨ ਇਲੈਕਸ਼ਨਸ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਖਿਲਾਫ ਨਿਰਦਲੀਏ ਦੇ ਤੌਰ ਉੱਤੇ ਵੀ ਲੜੇ ਸਨ। CM ਮਨੋਹਰ ਲਾਲ ਖੱਟਰ ਨੇ ਸਾਰੇ ਨਾਗਰਿਕਾਂ ਦੀ ਓਨਰਸ਼ਿਪ ਅਤੇ ਵਿਅਕਤੀਤਵ ਦੀ ਭਾਵਨਾ ਨੂੰ ਮਜ਼ਬੂਤ ਕਰਨ ਦੀ ਆਵਸ਼ਕਤਾ ਉੱਤੇ ਬਲ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਤੋਂ ਰਾਜ ਵਿੱਚ ਪ੍ਰਗਤੀ, ਤਰੱਕੀ ਅਤੇ ਵਿਕਾਸ ਵਿੱਚ ਵੀ ਤੇਜ਼ੀ ਆਵੇਗੀ। SGPC ਪ੍ਰੈਜ਼ੀਡੈਂਟ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਹੈ ਕਿ ਜੋ ਵੀ ਸਿੱਖਾਂ ਦੀ ਆਸਥਾ ਨੂੰ ਆਹਤ ਕਰੇਗਾ, SPGC ਉਸਦੇ ਖਿਲਾਫ ਫੌਰਨ ਕਾਨੂੰਨੀ ਕਾਰਵਾਈ ਕਰੇਗੀ। ਉਹਨਾਂ ਨੇ ਸਾਰੇ ਸਦੱਸਿਆਂ ਨੂੰ ਕਿਹਾ ਹੈ ਕਿ ਉਹ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਕਾਰਗਰ ਕਦਮ ਚੁੱਕਣ। SAD ਨੇ ਪੁਲਿਸ ਦੁਆਰਾ SAD BJP ਕਾਉਂਸਲਰਸ ਦੀ ਗ੍ਰਿਫਤਾਰੀ ਅਤੇ ਪਰੇਸ਼ਾਨ ਕੀਤੇ ਜਾਣ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਸੱਤਾਰੂੜ ਪਾਰਟੀ ਦੇ ਆਦੇਸ਼ ਵਿੱਚ ਨਿਕਾਇ ਚੋਣਾਂ ਵਿੱਚ ਗੜਬੜੀ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਉਹਨਾਂ ਨੇ ਚੋਣਾਂ ਆਯੋਗ ਨੂੰ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨ ਨੂੰ ਕਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਨੂੰਨੀ ਪਛੜੇ ਵਿੱਚ ਫਸੇ ਲੋਕਾਂ ਦੇ ਬੱਚਿਆਂ ਦੇ ਲਈ ਆਪਣੇ ਪਰਿਸਰ ਵਿੱਚ ਡੇ ਕੇਅਰ ਸੈਂਟਰ ਦੀ ਸਥਾਪਨਾ ਕੀਤੀ ਹੈ। ਉਦੇਸ਼ ਇਹ ਹੈ ਕਿ ਉਹਨਾਂ ਬੱਚਿਆਂ ਨੂੰ ਅਦਾਲਤ ਦੇ ਮਾਹੌਲ ਤੋਂ ਦੂਰ ਰੱਖਿਆ ਜਾਵੇ ਜਿੱਥੇ ਉਹਨਾਂ ਦੇ ਮਾਤਾ ਪਿਤਾ ਕਿਸੇ ਮੁਕੱਦਮੇ ਦੇ ਲਈ ਆਉਂਦੇ ਹਨ। ਸੈਸ਼ਨ ਕੋਰਟ ਦੇ ਜੱਜ ਗੁਰਬੀਰ ਸਿੰਘ ਨੇ ਕਥਿਤ ਸਿਟੀ ਸੈਂਟਰ ਸਕੈਮ ਦੀ ਸੁਣਵਾਈ ਨੂੰ ਅੱਜ 6 ਜਨਵਰੀ ਤੱਕ ਟਾਲ ਦਿੱਤਾ ਹੈ। ਕਈ ਆਰੋਪੀਆਂ ਨੇ ਹੁਣ ਤੱਕ ਸੁਨੀਲ ਕੁਮਾਰ ਡੇ ਦੁਆਰਾ ਦਾਇਰ ਯਾਚਿਕਾ ਉੱਤੇ ਆਪਣਾ ਜਵਾਬ ਨਹੀਂ ਦਿੱਤਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸ਼ਿਲਪਕਾਰ ਹੈ ਅਤੇ ਇਸ ਕੇਸ ਵਿੱਚ ਇੱਕ ਪਾਰਟੀ ਬਣਨਾ ਚਾਹੁੰਦੇ ਹੈ। ਰਾਜ ਸਰਕਾਰ SAD BJP ਸ਼ਾਸਨ ਦੁਆਰਾ ਸਥਾਪਿਤ 2170 ਸੇਵਾ ਕੇਂਦਰ ਵਿੱਚੋਂ 1592 ਕੇਂਦਰ ਨੂੰ ਬੰਦ ਕਰਨ ਜਾ ਰਹੀ ਹੈ। ਇਹ ਫੈਸਲਾ ਈ ਗਵਰਨੈਂਸ ਸੋਸਾਇਟੀ ਦੀ ਇੱਕ ਬੈਠਕ ਵਿੱਚ ਲਿੱਤਾ ਗਿਆ। ਬਿਗ ਬੌਸ 11 ਦੀ ਵਿਵਾਦਾਸਪਦ ਕੰਟੈਸਟੈਂਟ ਅਰਸ਼ੀ ਖਾਨ ਉੱਤੇ ਕਾਨੂੰਨੀ ਮੁਸੀਬਤ ਆ ਸਕਦੀ ਹੈ, ਕਿਉਂਕਿ ਜਲੰਧਰ ਸ਼ਹਿਰ ਦੀ ਇੱਕ ਅਦਾਲਤ ਉਹਨਾਂ ਦੇ ਖਿਲਾਫ ਵਾਰੰਟ ਜਾਰੀ ਕਰਨ ਜਾ ਰਹੀ ਹੈ। ਉਹਨਾਂ ਨੇ ਕਥਿਤ ਰੂਪ ਤੋਂ ਆਪਣੇ ਸੈਮੀਨਿਊਡ ਬੋਡੀ ਉੱਤੇ ਭਾਰਤ ਅਤੇ ਪਾਕਿਸਤਾਨ ਦਾ ਝੰਡਾ ਬਣਾ ਕੇ ਦੇਸ਼ ਦੀ ਜਨਤਾ ਦੇ ਭਾਵੁਕਤਾ ਨੂੰ ਤਕਲੀਫ ਪਹੁੰਚਾਈ ਹੈ। ਸੈਂਟਰਲ ਏਸ਼ੀਆ ਅਤੇ ਯੂਰਪ ਦਾ ਇੱਕ ਪ੍ਰਵਾਸੀ ਪੰਛੀ ਹੌਰਨ ਗ੍ਰੇਬ ਨੂੰ ਪਹਿਲੀ ਵਾਰ ਹਰਿਆਣਾ ਦੇ ਦਿਗਾਲ ਪਿੰਡ ਦੇ ਕੋਲ ਦੇਖਿਆ ਗਿਆ ਹੈ। ਇਸ ਪੰਛੀ ਨੂੰ ਭਾਰਤ ਦੇ ਕੁਝ ਹੀ ਜਗ੍ਹਾਵਾਂ ਉੱਤੇ ਦੇਖਿਆ ਗਿਆ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।